ਗੁਰੂਵਰ ਸਾਹਿਬ ਦੇ ਅੱਜ ਉਸ ਨੌਜਵਾਨ ਦੇ ਘਰ ਹੈਗੇ ਆ ਜਿਸ ਨੌਜਵਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਗਰਲ ਸਮਾਰਟ ਸਕੂਲ ਗੁਰੂਵਰ ਸਾਹਿਬ ਤੋਂ ਪ੍ਰੀਖਿਆ 12ਵੀਂ ਦੇ ਜਿਹੜਾ ਦਿੱਤੇ ਸੀ ਪੇਪਰ ਦਿੱਤੇ ਸੀ ਉਹਦਾ ਰਿਜ਼ਲਟ ਆਇਆ ਪੂਰੇ ਪੰਜਾਬ ਦੇ ਵਿੱਚੋਂ ਅਤੇ 9ਵਾਂ ਰੈਂਕ ਆਇਆ। ਨੌਜਵਾਨ ਜਿਹੜਾ ਲੜਕਾ ਹੈ ਪੜ੍ਹਦਾ ਲੜਕੀਆਂ ਦੇ ਸਕੂਲ ਰਿਹਾ, ਹੁਣ ਲੋਕ ਕਹਿੰਦੇ ਲੜਕੀਆਂ ਵਾਲੇ ਕਿਉਂ ਪਤਾ, ਉਹ ਬਾਅਦ 'ਚ ਗੱਲ ਕਰਦੇ ਹੈਗੇ ਆ, ਪਰ ਲੜਕੀਆਂ ਵਾਲੇ ਸਕੂਲ 'ਚ ਇਹ ਬੱਚਾ ਪੜ੍ਹਦਾ ਸੀ ਅਤੇ ਜਿੱਥੇ ਲੜਕੀ ਨੇ ਮੱਲ ਮਾਰੀ ਆ ਗੁਰੂਵਰ ਸਾਹਿਬ ਦੀ, ਉੱਥੇ ਹਾਲ ਹੀ 'ਚ ਆਏ ਨਤੀਜਿਆਂ ਦੇ ਵਿੱਚ ਮਨਦੀਪ ਮਣੀ ਨੇ ਉਹ ਕੰਮ ਕਰਤਾ, 9ਵਾਂ ਰੈਂਕ ਪੂਰੇ ਪੰਜਾਬ ਦੇ ਵਿੱਚੋਂ ਲਿਆ। ਮਣੀ ਸਾਡੇ ਨਾਲ ਹੈ, ਉਹਦੇ ਮੰਮੀ ਪਾਪਾ ਨਾਲ ਨੇ, ਘਰ ਦੇ ਵਿੱਚ ਰਿਸ਼ਤੇਦਾਰ ਯਾਰ ਮਿੱਤਰ ਸੁਨੇਹੀ ਜਿਹੜੇ ਆ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ। ਪੂਰੀ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ। ਮਨਦੀਪ ਜੀ ਸਵਾਗਤ ਹੈ ਅਤੇ ਨਾਲ ਵਧਾਈਆਂ ਵੀ। ਤੁਹਾਨੂੰ ਵੀ ਸਰ, ਤੁਹਾਨੂੰ ਵੀ। ਕਿਵੇਂ ਫਿਰ ਲੱਗਿਆ ਅੱਜ ਰਿਜ਼ਲਟ ਆ ਗਿਆ ਅਤੇ ਆ ਗਏ ਯਾਰ ਮਿੱਤਰ ਰਿਸ਼ਤੇਦਾਰ ਸਭ ਮੂੰਹ ਮਿੱਠਾ ਕਰਾ ਰਹੇ, ਮਿਹਨਤ ਦਾ ਮੁੱਲ ਪਿਆ? ਹਾਂਜੀ ਹਾਂਜੀ ਪਿਆ, ਬਹੁਤ ਵਧੀਆ ਲੱਗ ਰਿਹਾ। ਅੱਛਾ, ਕਿਵੇਂ ਕਿੰਦਾ ਸੰਯੋਗ ਰਿਹਾ ਹੈਗਾ ਮੰਮੀ ਪਾਪਾ ਦਾ, ਚਾਚਾ ਦਾ ਜਾਂ ਹੋਰ ਰਿਸ਼ਤੇਦਾਰਾਂ ਦਾ ਜਾਂ ਸਕੂਲ ਸਟਾਫ ਦਾ? ਹਾਂਜੀ, ਚਾਚੂ ਵੀ ਪੜ੍ਹਾਉਂਦੇ, ਵਧੀਆ ਪੜ੍ਹਾਉਂਦੇ ਉਹ। ਸਕੂਲ ਦੇ ਟੀਚਰਸ ਵੀ, ਅਰਦਾਸ ਸਰ, ਪ੍ਰਿੰਸੀਪਲ ਸਰ ਸਾਡੇ, ਕਰਨ ਸਿੰਘ ਧਾਲੀਵਾਲ ਸਰ, ਭੱਲਾ ਸਰ ਜੀ ਬਹੁਤ ਵਧੀਆ ਮੈਥ ਪੜ੍ਹਾਉਂਦੇ, ਕੈਮਿਸਟਰੀ ਸਾਡੇ ਸਕੂਲ ਸ਼ੀਨੂ ਮੈਮ, ਅਰਸ਼ਦੀਪ ਮੈਮ, ਸ਼ੁਰੂ ਤੋਂ ਸਾਰੇ ਟੀਚਰਸ ਇੰਗਲਿਸ਼ ਵਾਲੇ, ਦੀਪ ਪੰਜਾਬੀ ਸਾਨੂੰ ਦੀਪਕ ਚੱਟਾ ਸਰ ਬਹੁਤ ਵਧੀਆ ਪੜ੍ਹਾਉਂਦੇ ਰਹੇ। ਪੂਰਾ ਧਿਆਨ ਪੜ੍ਹਾਈ ਦੇ ਵਿੱਚ ਰਿਹਾ ਵੀ ਮੈਂ ਕੁਝ ਕਰਨਾ, ਮੰਮੀ ਪਾਪਾ ਨੂੰ ਦੇ ਦਿਆ, ਕਿੰਨੇ ਔਖਾਈ ਦੇ ਨਾਲ ਪੈਸੇ ਕਮਾਏ ਜਾਂਦੇ ਆ, ਬੱਚਿਆਂ ਨੂੰ ਕਿੰਨਾ ਔਖਾ ਹੋ ਕੇ ਪੜ੍ਹਾਇਆ ਜਾਂਦਾ, ਸੰਯੋਗ ਰਿਹਾ, ਕੋਈ ਦਿੱਕਤਾਂ ਵੀ ਆਈਆਂ? ਚਾਚੂ ਪੜ੍ਹਾਉਂਦਾ ਰਿਹਾ ਤੇ ਫਿਰ ਚਾਚੂ ਨੇ ਕੰਨ ਵੀ ਪੱਟੇ ਹੋਣਗੇ? ਹਾਂਜੀ, ਚਾਚੂ ਜ਼ਿਆਦਾ ਵਧੀਆ ਪੜ੍ਹਾਉਂਦੇ, ਜ਼ਿਆਦਾ ਵਧੀਆ ਪੜ੍ਹਾਉਂਦੇ ਗੁਰਮੀਤ ਸਿੰਘ। ਅੱਛਾ ਜੀ, ਅਤੇ ਫਿਰ ਕੀ ਕਹਿਣਾ ਦੂਜੇ ਸਟੂਡੈਂਟਾਂ ਨੂੰ ਜਿਹੜੇ ਹੁਣ ਇਸ ਵਾਰ ਪਲੱਸ ਟੂ ਦੇ ਵਿੱਚ ਹੈਗੇ ਅਤੇ ਆ ਜਾਓ ਬਈ, ਇਹ ਸਕੂਲ 'ਚ ਸਭ ਕੁਛ ਹੈ, ਤੁਸੀਂ ਫਸਟ ਆ ਸਕਦੇ ਹੋ। ਹਾਂਜੀ, ਸਕੂਲ ਦੇ ਟੀਚਰਸ ਬਹੁਤ ਵਧੀਆ ਹੈ, ਗੁਰੂਵਰ ਸਾਹਿਬ ਦਾ ਬਹੁਤ ਵਧੀਆ ਸਕੂਲ ਹੈ ਸਭ ਤੋਂ। ਮੰਮੀ ਪਾਪਾ ਦਾ ਕੀ ਸੰਯੋਗ ਰਿਹਾ? ਬਸ ਕੁਛ ਕਹਿੰਦੇ ਨਹੀਂ ਸੀ, ਕਹਿੰਦੇ ਪੜ੍ਹ ਲੈ, ਪੜ੍ਹ ਲਾ ਤਾਂ ਕੁਝ ਕਰ ਜਾਏਗਾ। ਹਾਂਜੀ ਹੈ, ਹਾਂਜੀ, ਜ਼ਿਆਦਾ ਕੁਛ ਧੱਕਾ ਨਹੀਂ ਸੀ। ਅੱਛਾ, ਧੱਕਾ ਨਹੀਂ ਕਰਦੇ ਸੀ, ਮਨ ਆਪਦਾ ਹੀ ਪੜ੍ਹਨ ਵਿੱਚ ਸੀ। ਹਾਂਜੀ, ਠੀਕ ਹੈ। ਇਹ ਮਨਦੀਪ ਹੈ, ਥੋੜ੍ਹਾ ਸੰਗ ਰਿਹਾ ਪਰ ਫਸਟ ਜ਼ਰੂਰ ਆ ਗਿਆ। ਹਾਂਜੀ, ਤੁਹਾਡਾ ਬੇਟਾ ਜੀ ਥੋੜ੍ਹਾ ਸ਼ਰਮਾਕਲ ਵੀ ਲੱਗ ਰਿਹਾ, ਮੈਨੂੰ ਲੱਗਦਾ ਤਾਂ ਹੀ ਪਾਸ ਹੋ ਗਿਆ, ਵਧੀਆ ਨੰਬਰ। ਹਾਂਜੀ ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ, ਤੁਹਾਡਾ ਬਹੁਤ ਸਵਾਗਤ ਹੈ ਜੀ ਗੁਰੂ ਸਾਹਿਬ ਲਾਈਵ ਚੈਨਲ ਦਾ। ਸਭ ਤੋਂ ਪਹਿਲਾਂ ਸਾਡੇ ਘਰ 'ਚ ਪਧਾਰੇ ਹੋ, ਔਰ ਬੜੀ ਕਿਰਪਾ ਹੋਈ ਵਾਹਿਗੁਰੂ ਦੀ ਜੀ, ਸੱਚੇ ਪਾਤਸ਼ਾਹ ਦੀ, ਜੋ ਸਾਨੂੰ ਐਡੀ ਵਡਿਆਈ ਬਖਸ਼ੀ ਹੈ, ਔਰ ਤੁਹਾਡਾ ਵੀ ਧੰਨਵਾਦ। ਅਤੇ ਜਦੋਂ ਪੜ੍ਹਾਈ ਕਰਦਾ ਰਿਹਾ ਹੈਗਾ, ਪਲੱਸ ਟੂ ਸਰਕਾਰੀ ਸਕੂਲ 'ਚ ਲਗਾ ਦਿੱਤਾ, ਲੋਕ ਕਹਿੰਦੇ ਕੋਨਵੈਂਟ ਸਕੂਲ ਵਾਲੇ ਅੱਗੇ ਨਿਕਲ ਜਾਂਦੇ ਹੈਗੇ, ਪਰ ਮੈਨੂੰ ਲੱਗਦਾ ਜਿਹੜਾ ਰਿਜ਼ਲਟ ਆਇਆ ਉਹ ਸਰਕਾਰੀ ਸਕੂਲ ਦੇ ਅੱਗੇ। ਹਾਂਜੀ ਹਾਂਜੀ, ਬਹੁਤ ਵਧੀਆ ਜੀ ਸਕੂਲ ਦਾ ਰਿਜ਼ਲਟ ਹੈ। ਕੋਨਵੈਂਟ ਸਕੂਲ ਦਾ ਵੀ ਬੱਚੇ ਹੱਟ ਹੱਟ ਕੇ ਇੱਥੇ ਆ ਰਹੇ ਨੇ, ਇੱਥੇ ਇਸ ਵਕਤ ਐਡਮਿਸ਼ਨਾਂ ਨਹੀਂ ਮਿਲ ਰਹੀਆਂ, ਬਹੁਤ ਵਧੀਆ ਸਕੂਲ, ਸਾਰਾ ਸਟਾਫ, ਗੁਰਦਾਸ ਸਰ, ਭੱਲਾ ਸਰ, ਚੱਟਾ ਸਰ, ਹੋਰ ਵੀ ਮੈਡਮ, ਸ਼ਿਵੀ ਮੈਡਮ, ਜੋ ਵੀ ਨੇ, ਸਾਰਾ ਸਟਾਫ ਵਧੀਆ, ਔਰ ਬਹੁਤ ਵਧੀਆ ਪੜ੍ਹਾਈ ਔਰ ਬਹੁਤ ਟੌਪ ਦਾ ਸਕੂਲ। ਜਦੋਂ ਸਕੂਲ ਪੜ੍ਹਦਾ ਪਿੱਛੇ? ਹਾਂ, ਜਾਈਦਾ ਸੀ ਜੀ, ਜਦੋਂ ਪੇਰੈਂਟਸ ਮੀਟਿੰਗ ਹੁੰਦੀ ਸੀ ਜਾਈਦਾ ਸੀ, ਔਰ ਪੁੱਛੀਦਾ ਸੀ, ਉਹ ਕਹਿੰਦੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ, ਬਹੁਤ ਵਧੀਆ ਪੜ੍ਹ ਰਿਹਾ ਜੀ, ਬਿਲਕੁਲ ਕਦੇ ਵੀ ਸ਼ਿਕਾਇਤ ਨਹੀਂ ਆਈ ਕਿਸੇ ਗੱਲ ਦੀ, ਬਹੁਤ ਵਧੀਆ। ਮਾਂ ਨੂੰ ਪਤਾ ਹੁੰਦਾ ਮੇਰਾ ਪੁੱਤ ਕੀ ਕਰ ਰਿਹਾ ਹੈਗਾ, ਹੈ ਨਾ, ਅਤੇ ਕਿਉਂਕਿ ਜੇ ਪਾਪਾ ਨੇ ਉਹਨਾਂ ਨੇ ਸ਼ੌਪ 'ਤੇ ਚਲਾ ਜਾਣਾ ਜਿੱਦਾਂ ਤੁਸੀਂ ਦੱਸ ਰਹੇ ਹੋ ਦੁਕਾਨਦਾਰੀ ਹੈ, ਅਤੇ ਮੰਮਾ ਨੂੰ ਤਿਆਰ ਰਹਿੰਦਾ ਪੁੱਤ ਕਿਤੇ ਖੇਡਣ ਤਾਂ ਨਹੀਂ ਚਲਾ ਗਿਆ, ਜਿੱਦਾਂ ਹੁਣ ਮੈਂ ਤੁਹਾਨੂੰ ਫੋਨ ਵੀ ਕਰਿਆ ਤਾਂ ਮੈਨੂੰ ਤਾਂ ਫੋਨ ਵੀ ਤੁਸੀਂ ਅਟੈਂਡ ਕੀਤਾ ਵੀ ਬੇਟਾ ਖੇਡਣ ਲਈ ਗਿਆ ਹੋਇਆ, ਚਲੋ ਅੱਜ ਖੇਡ ਲਿਆ, ਅੱਜ ਫਸਟ ਆ ਗਿਆ, ਕੋਈ ਗੱਲ ਨਹੀਂ। ਕਿੰਨਾ ਕੁ ਪੜ੍ਹਦਾ ਸੀ ਅਤੇ ਕਈ ਵਾਰ ਝਿੜਕਾਂ ਝੁੜਕਾਂ ਹੀ ਪਾਉਂਦੇ ਰਹੇ ਹੋ? ਹਾਂਜੀ, ਨਹੀਂ ਬਹੁਤ, ਇਹਨੂੰ ਕਹਿਣ ਦੀ ਲੋੜ ਹੀ ਨਹੀਂ ਪਈ ਸਾਨੂੰ, ਮਤਲਬ ਆਪਦੀ ਜ਼ਿੰਮੇਵਾਰੀ ਸਮਝਦਾ ਸੀ, ਬਹੁਤ ਵਧੀਆ ਪੜ੍ਹਦਾ ਰਿਹਾ, ਅਸੀਂ ਕਦੀ ਨਹੀਂ ਸੀ ਕਿਹਾ ਕਿ ਤੁਸੀਂ ਬੇਟਾ ਪੜ੍ਹੋ, ਆਪੇ ਹੀ ਪੜ੍ਹਦਾ ਰਿਹਾ, ਇਹਨਾਂ ਨੂੰ ਆਪਦੀ ਜ਼ਿੰਮੇਵਾਰੀ ਪਤਾ ਸੀ। ਰਾਤ 9-2 ਵਜੇ ਤੱਕ ਪੜ੍ਹਦਾ ਹੁੰਦਾ ਸੀ, ਸੁਬਾਹ ਵੀ 4 ਵਜੇ ਉੱਠ ਪੈਣਾ ਅਤੇ ਕਹਿਣਾ ਮੰਮਾ ਚਾਹ ਬਣਾ ਦਿਓ, ਚਾਹ ਇੱਕ ਕੱਪ ਪੀ ਕੇ ਫਿਰ ਸਾਰਾ ਦਿਨ ਪੜ੍ਹਦਾ ਹੁੰਦਾ ਸੀ, 9 ਵਜੇ ਸਕੂਲ ਜਾਣਾ,
ਬਹੁਤ ਵਧੀਆ ਪੜ੍ਹਦਾ ਹੈ, ਪੂਰਾ ਪੜ੍ਹਦਾ ਰਿਹਾ। ਹਾਂਜੀ, ਬਹੁਤ ਬਹੁਤ ਮਿਹਨਤ ਕੀਤੀ ਹੈ ਬੱਚੇ ਨੇ। ਦਿੱਤਾ ਸੰਜੋਗ? ਹਾਂਜੀ, ਚਾਚੂ ਦਾ ਬਹੁਤ ਸੰਜੋਗ ਹੈ ਜੀ, ਇਹਨਾਂ ਨੂੰ ਬਹੁਤ ਪੜ੍ਹਾਇਆ। ਸ਼ਬਾਰ ਚੋਰੀ ਹੈ, ਚਾਚੂ ਨੂੰ ਵੀ ਬੁਲਾ ਲੈਂਦੇ ਹਾਂ ਵੀ ਚਾਚੇ ਦੇ ਭਤੀਜੇ ਦਾ ਪਿਆਰ ਵੀ ਕਾਫੀ ਹੁੰਦਾ ਹੈ। ਅਤੇ ਕਿਵੇਂ ਫਿਰ ਰਿਹਾ ਪੜ੍ਹਾਉਣ ਦੇ ਵਿੱਚ, ਰਿਹਾ ਡੰਡਾ ਪੂਰਾ ਉੱਤੇ ਤੁਹਾਡਾ ਕਹਿ? ਹਾਂਜੀ, ਪਹਿਲਾਂ ਤੁਹਾਡਾ ਧੰਨਵਾਦ ਜੀ, ਤੁਸੀਂ ਮੋਟੀਵੇਸ਼ਨ ਦੇ ਵਜੋਂ ਜਾ ਰਹੇ ਹੋ, ਬੜੀ ਵਧੀਆ ਕਵਰੇਜ ਕਰ ਰਹੇ ਆ ਗੁਰੂ ਸਾਹਿਬ ਲਾਈਵ, ਤਾਂ ਧੰਨਵਾਦ ਪਹਿਲਾਂ ਤੁਹਾਡਾ। ਬਿਲਕੁਲ ਜੀ, ਖੁਸ਼ੀ ਹੈ ਕਿ ਸਰਕਾਰੀ, ਮੈਂ ਵੀ ਇਹ ਸਰਕਾਰੀ ਟੀਚਰ ਹਾਂ, ਅਤੇ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਹੈ ਬਹੁਤ ਅੱਗੇ ਨਿਕਲ ਰਹੇ ਆ। ਸਿਰਫ ਇਹੀ ਨਹੀਂ ਕਿ ਮੈਰਿਟ 'ਚ ਆ ਰਿਹਾ, ਜੇ ਉਸਦੇ ਬੈਕਗਰਾਊਂਡ 'ਚ ਵੀ ਰਿਜ਼ਲਟ ਫਰੋਲਿਆ ਜਾਵੇ ਤਾਂ ਆਪਣੇ ਇਲਾਕੇ ਦੇ ਬਹੁਤ ਬੱਚੇ ਇੱਕ ਇੱਕ ਦੋ ਦੋ ਨੰਬਰਾਂ ਕਰਕੇ ਮੈਰਿਟ ਤੋਂ ਰਹਿ ਰਹੇ। ਇਸ ਕਰਕੇ ਓਵਰਆਲ ਜਿਹੜੀ ਵੇਟੇਜ ਐਵਰੇਜ ਆ ਸਰਕਾਰੀ ਸਕੂਲਾਂ ਦੀ ਬਹੁਤ ਵਧੀਆ ਹੈ। ਅਤੇ ਪੂਰਾ ਜਿਹੜਾ ਟੀਮ ਹੈ ਇਹਨਾਂ ਦੇ ਸਕੂਲ ਦੀ, ਰੁਤਾਸ਼ ਮਲੇਠੀਆ ਜੀ ਅਤੇ ਸ਼ੀਨੂ ਮੈਮ, ਪਲੱਸ ਵਨ 'ਚ ਇਹਨਾਂ ਦੇ ਮੈਡਮ ਬਦਲੀ ਹੋ ਗਈ, ਸਰਸ਼ ਮੈਡਮ, ਇਸ ਤੋਂ ਇਲਾਵਾ ਦੀਪਕ ਚੱਟਾ ਜੀ, ਅਤੇ ਸਭ ਤੋਂ ਵੱਡਾ ਯੋਗਦਾਨ ਪ੍ਰਿੰਸੀਪਲ ਸਾਹਿਬਾਨ ਦਾ ਹੁੰਦਾ ਹੈ, ਅਤੇ ਉੱਥੋਂ ਦੇ ਜਿਹੜੇ ਟੀਚਰ ਡਿਸਪਲਿਨ ਦਾ ਬੜਾ ਵੱਡਾ ਜਿਹੜਾ ਯੋਗਦਾਨ ਆ ਸਾਰਿਆਂ ਨੂੰ ਹੀ ਇੱਕ ਤਰ੍ਹਾਂ। ਮੈਂ ਤੁਹਾਨੂੰ ਇਹ ਹੈ ਵੀ ਅੱਜ ਜਿਹੜੇ ਹੁਣ ਐਡਮਿਸ਼ਨ ਆਉਣੇ ਆ, ਲੋਕ ਸਿਫਾਰਿਸ਼ਾਂ ਲਾ ਕੇ ਐਡਮਿਸ਼ਨ ਲੈ ਕੇ ਆਉਂਦੇ, ਕਹਿੰਦੇ ਸਿਫਾਰਿਸ਼ ਨਹੀਂ ਚੱਲਦੀ ਜਿਹੜੇ ਬੱਚੇ, ਅਤੇ ਕਹਿੰਦੇ ਇੰਨੇ ਜ਼ਿਆਦਾ ਬੱਚੇ ਹੈਗੇ ਆ, ਲੋਕ ਕਤਾਰ ਦੇ ਵਿੱਚ ਖੜ੍ਹੇ ਆ ਵੀ ਸਾਡੇ ਬੱਚਿਆਂ ਨੂੰ ਐਡਮਿਸ਼ਨ ਮਿਲ ਜੇ, ਸਕੂਲ ਦੇ ਹਾਲਾਤ ਹੈ। ਬਿਲਕੁਲ ਸਰ, ਸਿਫਾਰਿਸ਼ਾਂ ਚੱਲ ਰਹੀਆਂ ਨੇ ਅਤੇ ਬਾਕੀ ਮੈਨੂੰ ਵੀ ਆ ਰਹੀਆਂ ਨੇ। ਬਾਕੀ ਮੈਂ ਤਾਂ, ਅਸੀਂ ਇੱਕ ਜ਼ਰੂਰ ਕਹਾਂਗੇ ਕਿ ਅਸੀਂ ਸਰਕਾਰੀ ਟੀਚਰ, ਮੇਰੇ ਮਿਸੀ ਵੀ ਅਤੇ ਮੰਮੀ, ਅਤੇ ਬਹੁਤ ਇਹਨਾਂ ਦੇ ਸਕੂਲ ਦੇ ਆ ਟੀਚਰ ਨੂੰ ਅੱਜ ਪਤਾ ਲੱਗਾ ਹੈਗਾ ਕਿ ਮੇਰਾ ਭਤੀਜਾ ਹੈ। ਅੱਛਾ। ਕਿਉਂਕਿ ਨਾ ਪੇਪਰਾਂ 'ਚ ਨਾ ਸਕੂਲ 'ਚ ਸਾਡੀ ਕੋਈ ਸਿਫਾਰਿਸ਼ ਨਹੀਂ ਹੈਗੀ, ਅਤੇ ਹਾਂ ਬਿਲਕੁਲ ਬਿਲਕੁਲ, ਕੋਈ ਆਪਾਂ ਹੱਲਾਸ਼ੇਰੀ ਨਹੀਂ ਦੇਣੀ। ਅਗਰ ਕੋਈ ਟੀਚਰ ਕਿਸੇ ਨੂੰ ਦਬਕਦਾ ਵੀ ਹੈ ਤਾਂ ਉਹਨਾਂ ਦੇ ਮਾਂ ਪਿਓ ਜਿਹੜੇ ਹੈ ਉਹ ਆ ਜਾਂਦੇ ਆ ਉਲਾਮ ਲੈ। ਨਹੀਂ, ਮੇਰੀ ਝੰਡੂ ਵਾਲਾ ਜੀ, ਝੰਡੂ ਸਾਇੰਸ ਮਾਸਟਰ ਹਾਂ ਮੈਂ, ਅਤੇ ਇਸ ਕਰਕੇ ਇਹ ਵੀ ਕਹਾਂਗੇ ਸਾਰੇ ਪੇਰੈਂਟਸ ਨੂੰ ਵੀ ਟੀਚਰ ਨੂੰ ਵੀ ਪੂਰਾ ਸਹਿਯੋਗ ਦਿਓ ਕਿ ਅਗਰ ਉਹ ਕੁਛ ਕਹਿੰਦੇ ਆ ਤਾਂ ਉਹਨਾਂ ਦੇ ਭਲੇ ਲਈ ਕਹਿੰਦੇ ਆ। ਬਿਲਕੁਲ। ਅਤੇ ਜੇਕਰ ਕੁਛ ਅੱਗੋਂ ਉਲਾਮਾ ਆ ਜਾਵੇ ਇੱਕ ਵਾਰ ਤਾਂ ਫਿਰ ਟੀਚਰ ਵੀ ਥੋੜ੍ਹੇ ਪਿੱਛੇ ਹਟ ਜਾਂਦੇ ਆ। ਅੱਛਾ, ਚਾਚੇ ਦਾ ਸੰਯੋਗ ਤਾਂ ਰਹਿ ਗਿਆ, ਡੰਡਾ ਵੀ ਕਾਇਮ ਰਿਹਾ ਤਾਂ ਫਸਟ ਆ ਗਿਆ। ਚਾਚੇ ਦਾ ਏਮ ਹੈ ਕਿ ਇਹਦਾ ਐਵੇਂ ਕੀ ਕਰਨਾ ਜ਼ਿੰਦਗੀ 'ਚ, ਅੱਗੇ ਕਿੱਥੇ ਜਾਣਾ, ਕਿਹੜੀ ਪੜ੍ਹਾਈ ਕਰਾਉਣੀ? ਏਮ ਦਾ ਐਵੇਂ ਹੈ ਕਿ ਵੈਸੇ ਤਾਂ ਇਹਦੇ 'ਤੇ ਛੱਡਿਆ ਹੋਇਆ ਮੇਰਾ, ਜੋ ਮੈਂ ਤਾਂ ਕਹਿੰਦਾ ਸੀਗਾ ਇਹ ਐੱਮ ਐੱਸ ਸੀ ਫਿਜਿਕਸ ਕਰਕੇ ਪੀ ਐੱਚ ਡੀ ਤਾਂ ਉਸ ਫੀਲਡ 'ਚ ਸਾਇੰਟਿਸਟ ਦੇ ਤੌਰ 'ਤੇ ਜਾਵੇ, ਮੇਰੀ ਜੋ ਇੱਛਾ ਸੀ ਇਹਨੂੰ ਮੈਂ ਦੱਕਿਆ ਵੀ ਸੀ। ਚਲ ਮਾਸਟਰ ਵੀ ਲੱਗ ਜੇ ਤਾਂ ਚਲੋ ਉਹ ਵੀ ਵਧੀਆ, ਬਾਕੀ ਇਹਦੀ ਆਪਦੀ ਇੱਛਾ ਜਿਹੜੀ ਆ ਉਹ ਬੀ ਐੱਸ ਸੀ ਦੀ ਹੈ। ਇੱਕ ਵਾਰ ਤਾਂ ਇੰਜੀਨੀਅਰਿੰਗ ਕੀ ਕਰਨਾ ਅੱਗੇ? ਬੀ ਐੱਸ ਸੀ ਕਰਨੀ, ਪੂਰਾ ਮਨ ਹੈ? ਹਾਂਜੀ ਕਰਨਾ, ਨਾਂ ਰੋਸ਼ਨ ਮੇਰੇ ਗੁਰੂ ਹਰ ਸਾਹਿਬ ਦਾ। ਹਾਂਜੀ ਕਰਦਾ, ਅਤੇ ਅਸੀਂ ਵੀ ਲੱਗੇ ਹਾਂ ਗੁਰੂ ਹਰ ਸਾਹਿਬ ਲਾਈਵ 'ਤੇ, ਅਤੇ ਤੁਹਾਡੇ ਵਰਗੇ ਨੌਜਵਾਨ ਚਿਹਰੇ ਅੱਗੇ ਲਿਆਉਣ ਦੇ ਲਈ ਹੈ। ਬਿਲਕੁਲ ਜੀ, ਪਰਿਵਾਰ ਹੈ ਅਤੇ ਪਰਿਵਾਰ ਦੇ ਵਿੱਚ ਬਿਲਕੁਲ ਖੁਸ਼ੀਆਂ ਨੇ। ਚਾਚੇ ਦਾ ਸੰਯੋਗ, ਮੰਮੀ ਪਾਪਾ ਦਾ, ਸਭ ਤੋਂ ਵੱਡਾ ਸੰਯੋਗ ਉਸ ਅਧਿਆਪਕ ਦਾ, ਉਸ ਗੁਰੂ ਦਾ, ਉਸ ਟੀਚਰ ਦਾ, ਟੀਚਰਾਂ ਦਾ ਸੰਯੋਗ ਰਿਹਾ। ਪੜ੍ਹਾਈ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਕਿਸੇ ਨਾਲੋਂ ਘੱਟ ਨਹੀਂ ਹੈਗੇ, ਜੇਕਰ ਪੜ੍ਹਾਈ ਅੱਛੀ ਹੋਵੇ, ਸਕੂਲ ਦਾ ਪੜ੍ਹਾਉਣ ਦਾ ਤਰੀਕਾ ਟੀਚਰਾਂ ਦਾ ਅੱਛਾ ਹੋਵੇ, ਅਤੇ ਪੂਰਾ ਸਿਸਟਮ ਜੇ ਗੱਲ ਕਰਦੇ ਹਾਂ ਤਾਂ ਕਰਨ ਸਿੰਘ ਧਾਰੀਵਾਲ ਹੋਰੀ, ਪ੍ਰਿੰਸੀਪਲ ਹੋਰਾਂ ਦੀ ਪੂਰੀ ਟੀਮ ਇਸ ਕੰਮ ਦੇ 'ਚ ਲੱਗੀ। ਪਿਛਲੇ ਸਾਲ ਵੀ ਬੱਚੀਆਂ ਜਿਹੜੀਆਂ ਨੇ ਕਾਫੀ ਨੰਬਰ ਲੈ ਕੇ ਆਈਆਂ ਸੀ, ਮੈਰਿਟ ਦੇ ਵਿੱਚ ਆਈਆਂ ਸੀ, ਪਰ ਇਸ ਵਾਰ ਬੱਚੇ ਫਿਰ ਫਸਟ ਆਏ ਹੈਗੇ। ਸਾਡੀ ਕੋਸ਼ਿਸ਼ ਹੈ ਜਿੰਨੇ ਵੀ ਬੱਚੇ ਮੈਰਿਟ 'ਚ ਆਏ ਆ ਗੁਰੂ ਹਰ ਸਾਹਿਬ ਨਾਲ, ਤੁਹਾਡੇ ਨਾਲ ਉਹਨਾਂ ਨੂੰ ਰੂਬਰੂ ਜ਼ਰੂਰ ਕੀਤਾ ਜਾਵੇ, ਕਿਉਂਕਿ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਗੁਰੂ ਹਰ ਸਾਹਿਬ ਲਾਈਵ, ਲੋਕਾਂ ਦੀ ਆਵਾਜ਼, ਲੋਕਾਂ ਦਾ ਚੈਨਲ ਤੁਹਾਡਾ ਖੁਦ ਦਾ ਗੁਰੂ ਹਰ ਸਾਹਿਬ ਲਾਈਵ। ਪੱਤਰਕਾਰ ਸਾਥੀ ਮਦਨ ਦੇ ਨਾਲ ਮੈਂ ਸਤਪਾਲ ਸਿੰਘ, ਪਿੰਡ ਗੁਰੂ ਹਰ ਸਾਹਿਬ।